आए हुए सारे मेहमानों का सारे पतवंते सज्जनों का बहुत बहुत स्वागत है। अज के समारोह में मैं तुहाडी सेवा च हाजिर वीरेंद्र ते मेरे नाल ने सिमर। अज के दिन प्रसार भारती वाले बड़े फखर नाल कह सकते हैं कि FM गोल्ड की जिहड़ी धमक है ਉਹ ਲੁਧਿਆਣੇ ਵਿੱਚ ਪਏਗੀ ਜਦਕਿ ਉਹਦਾ ਪ੍ਰਸਾਰਣ ਦਿੱਲੀ ਵਿੱਚ ਹੁੰਦਾ। ਬਿਲਕੁਲ ਜੀ, FM ਗੋਲਡ ਸਾਡਾ ਬਹੁਤ ਸੁਣਿਆ ਜਾਣ ਵਾਲਾ ਸਟੇਸ਼ਨ ਹੈ ਜੋ ਮੁੰਬਈ, ਦਿੱਲੀ, ਕੋਲਕਾਤਾ, ਚੇਨਈ ਤੋਂ ਬਾਅਦ ਹੁਣ ਲੁਧਿਆਣਾ ਦੇ ਵਿੱਚ। ਅੱਜ ਲੁਧਿਆਣੇ ਵਾਲਿਆਂ ਦੀ ਖੁਸ਼ਕਿਸਮਤੀ ਹੈ ਕਿ ਉਹ ਅੱਜ ਤੋਂ ਸਾਡਾ FM ਗੋਲਡ ਸੁਣ ਸਕਣਗੇ। ਬਿਲਕੁਲ ਜੀ, ਅਤੇ ਸਾਡੇ ਫਸਟ ਜਿਹੜੇ ਪਰਫਾਰਮਰਸ ਨੇ ਉਹ ਨੇ ਜਯੋਤੀ ਨੂਰਾ ਸੁਲਤਾਨਾ ਨੂੰ। ਜ਼ੋਰਦਾਰ ਤਾੜੀਆਂ ਦੇ ਨਾਲ ਪਲੀਜ਼ ਪ੍ਰੈਜੈਂਟਿੰਗ ਜਯੋਤੀ ਨੂਰਾ ਐਂਡ ਸੁਲਤਾਨਾ ਨੂਰਾ। ਸਹੀਓਨੀ ਸਾਡੇ ਮੇਰੇ ਇਸ਼ਕ ਜਿਆ ਹੈ, ਸਹੀਓਨੀ ਸਾਡੇ ਮੇਰੇ ਇਸ਼ਕ ਜਿਆ ਹੈ, ਸਹੀਓਨੀ ਲਾਮੀਆਂ ਜੀ।
इश्क हो रहा सानू तड़पाया अल्लाह मियां नाद बनवाया इश्क हो रहा सानू तड़पाया अल्लाह मियां नाद बनवाया मुर्शद सारा भेद बताया मुर्शद सारा भेद बताया हर वाजे दिल बजाए कोई मंग मेरी
छले विच होन चन्ना निके निके बोर वे छले विच होन चन्ना निके निके बोर वे मोम तो भी कुड़ी चंगी चिची विच फोड़ छला ले दे हाड़िया छला ले दे हीरे छला ले दे हाड़िया छला ले दे हीरे प्यार दिली सत्कार
ਜਦੋਂ ਪਾਏ ਜਵਾਨੀ ਜ਼ੋਰ ਮਚਾਉਂਦੀ ਸ਼ੋਰ ਹੋਰ ਦੀ ਹੋਰ ਤਾਂ ਕਾੜਤ ਖੜ ਜਾਣੀ ਜਦੋਂ ਪਾਏ ਜਵਾਨੀ ਜ਼ੋਰ ਮਚਾਉਂਦੀ ਸ਼ੋਰ ਹੋਰ ਦੀ ਹੋਰ ਤਾਂ ਕਾੜਤ ਖੜ ਜਾਣੀ ਫਿਰ ਰੋਕਣ ਵਾਲਾ ਕੌਣ ਜਦੋਂ ਅੱਖ ਲੜ ਜਾਂਦੀ ਹੈ ਸੱਜਣਾ ਸਾਰੇ ਰਹਿ ਕੇ ਆਉਂਦਾ ਜਾਂਦਾ
ਤੋਂ ਦਿਲ ਸਦਕੇ ਕੀਤਾ ਦਿਲ ਭਰ ਦੇ ਕਮ ਆਵੇ ਹੋ ਦਿਲ ਭਰ ਤੋਂ ਦਿਲ ਸਦਕੇ ਕੀਤਾ ਦਿਲ ਭਰ ਦੇ ਕਮ ਆਵੇ ਵੇ ਦਿਲ ਭਰ ਤੋਂ ਦਿਲ ਸਦਕੇ ਕੀਤਾ ਦਿਲ ਭਰ ਦੇ ਕਮ ਆਵੇ ਹੋ ਦਿਲ ਭਰ ਤੋਂ ਦਿਲ ਸਦਕੇ ਕੀਤਾ ਦਿਲ ਭਰ ਦੇ ਕਮ ਆਵੇ ਜਾਨ ਜਾਂਦੀ ਤੇ ਜਾਣਦੇ ਓ ਵੇ ਜਾਨ ਜਾਂਦੀ ਤੇ ਜਾਣਦੇ ਮੇਰੇ ਯਾਰ ਬੁਲੂ ਰਹਿ ਜਾਵੇ ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ ਆਉਂਦਾ ਜਾਂਦਾ ਤੱਕਦਾ ਰਵੀ ਕੁੱਲੀ ਅੱਜ ਐਫ ਐਮ ਗੋਲਡ ਲੁਧਿਆਣਾ ਨੇ ਵੀ ਪਾ ਲਈ ਹੈ ਅਤੇ ਆਉਂਦੇ ਜਾਂਦੇ ਤੁਸੀਂ ਤੱਕਣਾ ਨਹੀਂ ਹੈ ਇਹਨੂੰ ਸੁਣਨਾ ਹੈ ਟਿਊਨ ਕਰਦੇ ਰਹਿਣਾ ਐਫ ਐਮ ਬੈਂਡ 100.1 ਮੈਗਾ ਹਰਟਸ 'ਤੇ ਔਰ ਇਹ ਸਾਰਾ ਕੁਛ ਮੁਮਕਿਨ ਹੋ ਸਕਿਆ ਪੋਸੀਬਲ ਹੋ ਸਕਿਆ ਸਾਡੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾਰੀ ਹੋਰਾਂ ਦੇ ਸਹਿਯੋਗ ਨਾਲ ਉਹਨਾਂ ਦੇ ਉੱਦਮ ਨਾਲ ਉਹਨਾਂ ਦੀ ਮਦਦ ਨਾਲ ਉਹਨਾਂ ਦੀ ਸੋਚ ਨਾਲ ਉਹਨਾਂ ਦੇ ਉਪਰਾਲਿਆਂ ਨਾਲ ਸੋ ਉਹਨਾਂ ਦੇ ਲਈ ਤਾੜੀਆਂ ਬਣਦੀਆਂ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮਨੀਸ਼ ਤਿਵਾਰੀ ਜੀ ਸਾਡੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਇਸ ਵੇਲੇ ਸਾਡੇ ਦਰਮਿਆਨ ਮੌਜੂਦ ਨੇ ਇਹਨਾਂ ਦੇ ਨਾਲ ਹੀ ਪ੍ਰਸਾਰ ਭਾਰਤੀ ਦੇ CEO ਜਵਾਹਰ ਸਰਕਾਰ ਹੋਰਾਂ ਨੂੰ ਵੀ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ ਅੱਜ ਦੇ ਇਸ ਮੁਬਾਰਕ ਦਿਨ DG ਆਲ ਇੰਡੀਆ ਰੇਡੀਓ LD ਮੰਡਲੋਈ ਸਾਹਿਬ ਵੀ ਸਾਡੇ ਦਰਮਿਆਨ ਨੇ ਉਹਨਾਂ ਨੂੰ ਵੀ ਬਹੁਤ ਬਹੁਤ ਖੁਸ਼ਾਮਦੀਦ ਅਸੀਂ ਕਹਿੰਦੇ ਹਾਂ ਔਰ ਇੰਜੀਨੀਅਰਿੰਗ ਇੰਚਾਰਜ ਯੁਵਰਾਜ ਬਜਾਜ ਜੀ DDG ਪੀ ਪ੍ਰੋਗਰਾਮਸ ਡਾਕਟਰ ਓਮ ਗੌਰੀਦੱਤ ਸ਼ਰਮਾ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਦੇ ਇਸ ਮੁਬਾਰਕ ਦਿਨ ਜਦਕਿ FM ਗੋਲਡ ਲੁਧਿਆਣਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਸਾਡੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾਰੀ ਹੋਰਾਂ ਨੇ ਅੱਜ ਬਟਨ ਕਲਿੱਕ ਕੀਤਾ ਔਰ 100.1 ਮੈਗਾ ਹਰਟਸ 'ਤੇ ਅੱਜ ਦਾ ਇਹ ਪ੍ਰਸਾਰਣ ਸਿਮਰ ਸ਼ੁਰੂ ਹੋ ਗਿਆ ਹੋਏਗਾ ਬਿਲਕੁਲ ਜੀ ਔਰ ਜਿਵੇਂ ਤੁਸੀਂ ਦੱਸ ਰਹੇ ਸੀ ਵੀਰਿੰਦਰ ਕਿ 1 ਘੰਟਾ 2 ਘੰਟਾ ਨਹੀਂ ਪੂਰੇ 24 ਘੰਟੇ ਜਿਹੜਾ ਰੇਡੀਓ ਹੈ FM ਗੋਲਡ ਉਹ ਲੋਕ ਸੁਣ ਸਕਣਗੇ ਅਤੇ ਇੰਜੋਏ ਕਰ ਸਕਣਗੇ ਆਪਾਂ ਇੱਕ ਪ੍ਰੋਫਾਈਲ ਦੇਖਦੇ ਹਾਂ ਔਰ ਜਾਣਦੇ ਹਾਂ ਕਿ ਆਕਾਸ਼ਵਾਣੀ ਸਾਡੇ ਜੀਵਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਚਿਆ ਮਿਚਿਆ ਵੇਖਦੇ ਹਾਂ ਇਹ ਪ੍ਰੋਫਾਈਲ ਆਕਾਸ਼ਵਾਣੀ ਆਕਾਸ਼ਵਾਣੀ ਜਿਸ ਦਾ ਮੂਲ ਮੰਤਰ ਹੈ ਬਹੁਜਨ ਹਿਤਾਏ ਬਹੁਜਨ ਸਿਖਾਏ ਆਕਾਸ਼ਵਾਣੀ ਜਿਸ ਨੇ ਆਪਣੀ ਨੀਤੀ ਬਣਾਈ ਹੈ ਸੂਚਨਾ ਗਿਆਨ ਤੇ ਮਨੋਰੰਜਨ ਤਰੱਕੀ ਦੀ ਮਿਸਾਲ ਬਣੇ ਸਾਡੇ ਦੇਸ਼ ਭਾਰਤ ਵਿੱਚ ਅੱਜ ਆਕਾਸ਼ਵਾਣੀ ਦੇ 403 ਪ੍ਰਸਾਰਣ ਕੇਂਦਰ 574 ਟ੍ਰਾਂਸਮੀਟਰ 32 ਕੈਪਟਿਵ ਅਰਥ ਸਟੇਸ਼ਨ 216 ਸਟੂਡੀਓਜ਼ 44 ਰੇਡੀਓ ਨਿਊਜ਼ ਯੂਨਿਟ ਤੇ 21 AIR DTH ਚੈਨਲ ਦੇਸ਼ ਦੀ 99.20% ਜਨਤਾ ਨੂੰ ਕਵਰੇਜ ਦਿੰਦੀ ਆਕਾਸ਼ਵਾਣੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੀਡੀਆ ਸੰਸਥਾਵਾਂ 'ਚੋਂ ਇੱਕ ਹੈ ਹਰੇਕ ਬਾਰੇ ਸਾਰੀਆਂ ਮੁੱਖ ਭਾਸ਼ਾਵਾਂ 'ਚ ਨਿਊਜ਼ ਬੁਲਟਨ ਤੇ ਤਬਸਰਾ ਫੋਨ ਤੇ ਵੈਬਸਾਈਟ ਤੇ ਵੀ ਖਬਰਾਂ ਤੇ ਇਸ ਦੇ ਨਾਲ ਨਾਲ ਵਿਦੇਸ਼ ਪ੍ਰਸਾਰਣ ਸੇਵਾ ਵੀ ਇਹ ਗਾਥਾ ਸ਼ੁਰੂ ਹੋਈ 1923 ਵਿੱਚ ਰੇਡੀਓ ਕਲੱਬ ਬੰਬੇ ਤੇ ਕਲਕੱਤਾ ਰੇਡੀਓ ਕਲੱਬ ਦੇ ਪ੍ਰੋਗਰਾਮ ਪ੍ਰਸਾਰਣ ਤੋਂ ਸਨ 1927 ਵਿੱਚ ਉਸ ਵੇਲੇ ਦੇ ਵਾਇਸਰਾਏ ਇੰਡੀਆ ਲਾਰਡ ਇਰਵਨ ਨੇ IBC ਕੰਪਨੀ ਮੁੰਬਈ ਦਾ ਉਦਘਾਟਨ ਕੀਤਾ ਅਗਸਤ 1930 ਵਿੱਚ ਫੀਲਡਨ ਭਾਰਤ ਵਿੱਚ ਪ੍ਰਸਾਰਣ ਦੇ ਪਹਿਲੇ ਕੰਟਰੋਲਰ ਬਣੇ 1936 ਵਿੱਚ ਇੰਡੀਅਨ ਸਟੇਟ ਬ੍ਰੌਡਕਾਸਟਿੰਗ ਸਰਵਿਸ ਆਲ ਇੰਡੀਆ ਰੇਡੀਓ ਵਿੱਚ ਤਬਦੀਲ ਹੋ ਗਿਆ 1939 ਵਿੱਚ ਪਹਿਲੀ ਵਿਦੇਸ਼ ਪ੍ਰਸਾਰਣ ਸੇਵਾ ਤਹਿਤ ਪਸ਼ਤੋ ਭਾਸ਼ਾ ਵਿੱਚ ਪ੍ਰਸਾਰਣ ਹੋਇਆ ਅਕਤੂਬਰ 1941 ਵਿੱਚ ਆਲ ਇੰਡੀਆ ਰੇਡੀਓ ਸੂਚਨਾ ਤੇ ਪ੍ਰਸਾਰਣ ਕੇਂਦਰ ਦੇ ਹੇਠਾਂ ਆ ਗਿਆ 1946 ਵਿੱਚ AIR ਸੂਚਨਾ ਤੇ ਕਲਾ ਵਿਭਾਗ ਵਿੱਚ ਆਉਣ ਵਾਲਾ ਇਹ ਵਿਭਾਗ ਸੂਚਨਾ ਤੇ ਪ੍ਰਸਾਰਣ ਦਾ ਮੁੱਖ ਵਿਭਾਗ ਬਣ ਗਿਆ ਤੇ ਫਿਰ ਇਸ ਨੇ ਕਦੇ ਪਿਛਾਂ ਪਰਤ ਕੇ ਨਹੀਂ ਤੱਕਿਆ ਆਜ਼ਾਦੀ ਤੋਂ ਬਾਅਦ ਆਪਣੇ ਪ੍ਰਸਾਰਣ ਵਿੱਚ ਆਕਾਸ਼ਵਾਣੀ ਨੇ ਕਈ ਨਵੇਂ ਮੀਲ ਪੱਥਰ ਸਥਾਪਿਤ ਕੀਤੇ 1952 ਵਿੱਚ ਪਹਿਲਾ ਸੰਗੀਤ ਦਾ ਅਖਿਲ ਭਾਰਤੀ ਪ੍ਰੋਗਰਾਮ 1954 ਵਿੱਚ ਪਹਿਲਾ ਰੇਡੀਓ ਸੰਗੀਤ ਸੰਮੇਲਨ 1956 ਵਿੱਚ ਪਹਿਲਾ ਅਖਿਲ ਭਾਰਤੀ ਨਾਟਕ 1959 ਵਿੱਚ ਪਹਿਲਾ TV ਸਟੇਸ਼ਨ ਆਕਾਸ਼ਵਾਣੀ ਦਿੱਲੀ ਦਾ ਹੀ ਹਿੱਸਾ ਸੀ 1967 ਵਿੱਚ ਵਿਵਿਧ ਭਾਰਤੀ ਤੋਂ ਵਿਗਿਆਪਨ ਪ੍ਰਸਾਰਣ ਸੇਵਾ 1974 ਵਿੱਚ ਆਕਾਸ਼ਵਾਣੀ ਵਾਰਸ਼ਿਕ ਪੁਰਸਕਾਰ 1976 ਵਿੱਚ ਦੂਰਦਰਸ਼ਨ ਵੱਖਰਾ ਆਜ਼ਾਦ ਮੀਡੀਆ ਬਣਿਆ 1977 ਵਿੱਚ ਆਕਾਸ਼ਵਾਣੀ ਤੇ ਪਾਰਟੀ ਪੋਲੀਟੀਕਲ ਪ੍ਰਸਾਰਣ ਸ਼ੁਰੂ ਹੋਇਆ ਜੂਨ 1977 ਵਿੱਚ ਪਹਿਲੀ FM ਸਰਵਿਸ 1994 ਵਿੱਚ ਸਕਾਈ ਰੇਡੀਓ ਆਪਰੇਸ਼ਨ ਸ਼ੁਰੂ 1994 ਵਿੱਚ ਹੀ ਮੁੰਬਈ ਵਿਖੇ ਪਹਿਲਾ ਮਲਟੀ ਟਰੈਕ ਸਟੂਡੀਓ 1997 ਵਿੱਚ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਹੋਂਦ ਵਿੱਚ ਆਈ 16 ਦਸੰਬਰ 2004 ਨੂੰ
प्रधान मंत्री जी वालों आकाशवाणी ते दूरदर्शन दी डीटीएच सेवा दा उद्घाटन कीता गया। आकाशवाणी दे 12 वख-वख प्रदेशक चैनल वख-वख राज्यां ते जनता तक पुज्जे। 23 अगस्त सन 2005 विच दिल्ली विखे पूरी तरह डिजिटलाइज्ड ते आधुनिक टेक्नोलॉजी नाल लैस नवा ब्रॉडकास्टिंग हाउस शुरू होया। लोक सेवा प्रसारण माध्यम दे रूप च इस लंबे सफर दौरान अज आकाशवाणी दी परंपरा है सारियां मुख घटनावां नूं कवरेज देना, चोन बुलेटिन ते लाइव कवरेज करनी, स्पोर्ट्स दे खेत्र विच मुख-मुख मैचां नूं, क्रिकेट ते होर प्रमुख खेडां दी लाइव कमेंट्री करनी, यानी अखीं डिठा हाल सुनाउणा। पंजाब गुरुआं पीरां दी धरती जिथे मनुखता नूं इक्को ही पैगाम है सरबत दा भला। इसे पैगाम नूं लै के देश दी वंड तों बाद आकाशवाणी दा जलंधर केंद्र 16 मई 1949 नूं होंद विच आया। मीडिया वेव 343.6 मीटर यानी 873 किलोहर्ट्ज़ ते असीं आकाशवाणी दे जलंधर केंद्र तों बोल रहे हां। जलंधर पंजाब दा केंद्र बिंदू हमेशा रहा है। 1947 तो बाद इत्थे आकाशवाणी दा केंद्र होना ते फिर समय नाल दूरदर्शन केंद्र दी स्थापना होण नाल इत्थे जागृति दी रंगत ही वक्री सी। आकाशवाणी जलंधर दे पहले प्रोग्राम प्रमुख सन प्रसिद्ध पंजाबी लेखक सरदार करतार सिंह दुग्गल, वड्डे वड्डे कलाकार पृथ्वी राज कपूर, जोहरा सैगल ते उदों दे नौजवान अमृता प्रीतम ते शिव कुमार बटालवी आकाशवाणी जलंधर राही जिवें हर नौजवान दे दिलां दी धड़कन बन गए सन। आकाशवाणी जलंधर दा देहाती प्रोग्राम अज भी ओना ही हरमन प्यारा है जिन्ना ओ पहले दिन सी। चाचा कमेदान, फौजा सिंह, मुंशी जी, ठंडू राम, भाईया जी, मास्टर जी, काकी, मिठा सिंह, सुखे शाह, रौनकी राम, रुलिया राम ते लंबड़दार इस परंपरा दा अंग एक तो बाद एक नौजवान संभाल दे रहे ते ए जलवा बराबर कायम है। ए सिर्फ मनोरंजन दा प्रोग्राम नहीं सी बल्कि किसान वर्ग दे लई पूर्ण चेतना नवी तकनीक हरी क्रांति चिट्टी क्रांति आदि राही पंजाब दे विकास विच इस दा योगदान रहा है। आकाशवाणी जलंधर वालों तैयार कीते विशेष गुड मॉर्निंग पंजाब नूं विदेशां विच भी मान सम्मान मिलिया। क्यों ना सुनन लोक आकाशवाणी जलंधर जदों उत्थे संस्कृत साहित विच सिख गुरुआं दा वर्णन ते पंजाबी अखाण ते संस्कृत साहित सवेरे 4 to 6 ते शाम नूं 4:30 to 5:30 तक श्री दरबार साहिब अमृतसर तों शब्द कीर्तन दा सिद्धा प्रसारण होवे। इस लम्मे ते उत्साह भरपूर सफर विच आकाशवाणी जलंधर ने लगभग हर साल 2-2, 3-3 आकाशवाणी सलाना पुरस्कार हासिल कीते। आकाशवाणी जलंधर दी परंपरा रही है अपने वेड़े विच स्रोतियां सामने प्रोग्राम पेश करने। इस कड़ी विच आकाशवाणी जलंधर ने कई वड्डे वड्डे कलाकार स्रोतियां दे सामने लियांदे। आकाशवाणी दी विविध भारती दी विज्ञापन प्रसारण सेवा दा जलंधर केंद्र। तरक्की दी इस कड़ी विच 1968 विच विविध भारती दी विज्ञापन प्रसारण सेवा आकाशवाणी जलंधर तों शुरू होई। 2004 विच डीटीएच राही आकाशवाणी जलंधर दूर दराज घरां तक पंजाबी भाषा दे प्रोग्राम लैके पुज गया। हुण तक आकाशवाणी जलंधर दे नाल नाल आकाशवाणी चंडीगढ़, पटियाला ते बठिंडा केंद्र भी होंद विच आ चुके हन। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਹ ਕੇਂਦਰ ਆਪਣੇ ਆਪਣੇ ਇਲਾਕੇ ਦੇ ਵਸਨੀਕਾਂ ਦੀ ਖਿਦਮਤ ਲਗਾਤਾਰ ਵੱਖੋ ਵੱਖ ਪ੍ਰੋਗਰਾਮਾਂ ਰਾਹੀਂ ਕਰ ਰਹੇ ਹਨ। ਇਹ ਯਤਨ, ਇਹ ਸਫ਼ਰ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸੇ ਹੀ ਸਿਲਸਿਲੇ ਦੀ ਕੜੀ ਵਿੱਚ ਅੱਜ ਆਕਾਸ਼ਵਾਣੀ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ। ਪ੍ਰਸਾਰ ਭਾਰਤੀ ਦਾ ਇਤਿਹਾਸਿਕ ਕਦਮ आकाशवाणी के स्रोतियों लिए एक होर तोहफा। माननीय केंद्रीय सूचना ते प्रसारण मंत्री श्री मनीष तिवाड़ी वालों FM गोल्ड लुधियाना का उद्घाटन 16 अगस्त 2013 शुक्रवार को किया गया।